ਬੇਟਾ ਕੱਲ ਤੁਹਾਡਾ ਟੈਸਟ ਹੈ ਮੁਹਾਵਰੇ ਦਫਤਰੀ ਪੱਤਰ ਤੇ ਨਿੱਜੀ ਪੱਤਰ ਦਫਤਰੀ ਪੱਤਰ ਆਪਾਂ ਕੱਲ ਕੀਤੇ ਸੀ ਅਖਬਾਰ ਦੇ ਸੰਪਾਦਕ ਨੂੰ ਤੇ ਸੈਕਿੰਡ ਆਪਾਂ ਕੀਤੇ ਸੀ ਨਗਰ ਨਿਗਮ ਇੱਕ ਹੋਰ ਕਰਾਂਗੇ ਆਪਾਂ ਲਾਸਟ ਵਿੱਚ ਪੋਸਟ ਮਾਸਟਰ ਵਾਲੇ ਠੀਕ ਹੈ ਬਾਅਦ ਚੋਂ ਕਰਵਾ ਦਾਂਗੀ ਥਰਡ ਪੱਤਰ ਹੈ ਪੋਸਟ ਮਾਸਟਰ ਵਾਲੇ ਤੇ ਨੈਕਸਟ ਹੈ ਮੁਹਾਵਰੇ ਐਰਾ ਭਾਗ ਪੂਰੇ ਆਉਣੇ ਹੈ ਠੀਕ ਹੈ ਕੱਲ ਟੈਸਟ ਦੇ ਵਿੱਚ ਵੈਸੇ ਤੁਹਾਡੇ ਸਿਲੇਬਸ ਵਿੱਚ ਊੜੇ ਤੋਂ ਲੈ ਕੇ ਹਾਹੇ ਤੱਕ ਹੈ ਮੁਹਾਵਰੇ ਕਿੰਨੇ ਹੈ ਊੜੇ ਤੋਂ ਲੈ ਕੇ ਹਾਹੇ ਤੱਕ ਕਿ ਲਾਸਟ ਟਾਈਮ ਅਸੀਂ 25 ਤੱਕ ਮੁਹਾਵਰੇ ਕੀਤੇ ਸੀ ਨੈਕਸਟ ਹੈ 26 ਮੁਹਾਵਰਾ ਅਲ ਪੈ ਜਾਣੀ ਕਿਸੇ ਦਾ ਕੁਨਾ ਪੈ ਜਾਣਾ ਮਤਲਬ ਕਿ ਕਿਸੇ ਗੱਲ ਦੀ ਕਮੀ ਹੋ ਜਾਣਾ ਕੁਨਾ ਦਾ ਮੀਨਿੰਗ ਹੁੰਦਾ ਹੈ ਕਿਸੇ ਗੱਲ ਦੀ ਕਮੀ ਪੈ ਜਾਣੀ ਅਲ ਪੈ ਜਾਣੀ ਅਲ ਪੈ ਜਾਣੀ ਮਤਲਬ ਕੀ ਹੈ ਕਿਸੇ ਦਾ ਕੁਨਾ ਪੈ ਜਾਣਾ ਕੁਨਾ ਕਿਸੇ ਦਾ ਕੁਨਾ ਮਤਲਬ ਕਿਸੇ ਗੱਲ ਦੀ ਕਮੀ ਹੋ ਜਾਣਾ ਠੀਕ ਹੈ ਉਹ ਜਿਵੇਂ ਇੱਕ ਕੱਪ ਤੋਂ ਉਸਨੂੰ ਦਿਖਦਾ ਨਹੀਂ ਸੀ ਉਸਦੇ ਮਿੱਤਰ ਉਸਨੂੰ ਸੂਰਦਾਸ ਕਹਿਣ ਲੱਗ ਪਏ ਇਨ ਸੂਰਦਾਸ ਅਸੀਂ ਅਲ ਪੈ ਕੇ ਜਿਵੇਂ ਆਪਾਂ ਨੇਮ ਪੱਕ ਜਾਣਾ ਆਪਾਂ ਕਹਿ ਸਕਦੇ ਹਾਂ ਠੀਕ ਹੈ ਨੇਮ ਪੱਕ ਜਾਣਾ ਨੈਕਸਟ ਹੈ ਸੈਕਿੰਡ ਨਹੀਂ ਕੁਨਾ ਮਤਲਬ ਕਿਸੇ ਚੀਜ਼ ਦਾ ਪੱਕ ਜਾਣਾ ਨੇਮ ਦਾ ਪੱਕ ਜਾਣਾ ਹੈ ਅਸਲ ਵਿੱਚ ਉਹਦਾ ਨੇਮ ਉਹ ਨਹੀਂ ਹੈ ਭਾਵ ਕਿ ਕਿਸੇ ਚੀਜ਼ ਦੀ ਕਮੀ ਹੋਣ ਕਰਕੇ ਆਪਾਂ ਨੂੰ ਕਈ ਵਾਰੀ ਉਹ ਗਲਤ ਨਾਮ ਨਾਲ ਬੁਲਾਉਣ ਲੱਗ ਪੈਂਦੇ ਉਹਨੂੰ ਕਹਿੰਦੇ ਠੀਕ ਹੈ ਨੈਕਸਟ ਹੈ ਜੋ ਵੀ ਹਾਂ ਨੈਕਸਟ ਹੈ ਅਲਖ ਅਲਖ ਜਗਾਉਣੀ ਅਲਖ ਜਗਾਉਣੀ ਮਤਲਬ ਜੋਗੀਆਂ ਦਾ ਜੋਗੀ ਹੁੰਦੇ ਜਿਹੜੇ ਘਰ ਬਾਰ ਤਿਆਗ ਦਿੰਦੇ ਹੈ ਅਲਖ ਜਗਾਉਣੀ ਜੋਗੀਆਂ ਦਾ ਉੱਚੀ ਉੱਚੀ ਕਹਿ ਕੇ ਅਲਗ ਕਹਿ ਕੇ ਭਿੱਖਿਆ ਮੰਗਣਾ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਸਾਧੂ ਸੰਤ ਸਨ ਠੀਕ ਹੈ ਉਹ ਕੀ ਕਰਦੇ ਸੀ ਜਦੋਂ ਕਿਸੇ ਘਰ ਭਿੱਖਿਆ ਮੰਗਦੇ ਸੀ ਉਹ ਅਲਖ ਨਿਰੰਜਨ ਕਹਿੰਦੇ ਸੀ ਠੀਕ ਹੈ ਅਲਗ ਜਗਾਉਣੀ ਜੋਗੀਆਂ ਦਾ ਉੱਚੀ ਉੱਚੀ ਅਲਗ ਕਹਿ ਕੇ ਭਿੱਖਿਆ ਜਾਂ ਭੀਖ ਮੰਗਣੀ ਨੈਕਸਟ ਹੈ ਅੜੀ ਭੰਨੀ ਅੜੀ ਅੜੀ ਮਤਲਬ ਹੁੰਦਾ ਜਿੱਦ ਅੜੀ ਦਾ ਮੀਨਿੰਗ ਹੈ ਜਿੱਦ ਅੜੀ ਭੰਨੀ ਹੰਕਾਰ ਨੂੰ ਭੰਨਾ ਅੜੀ ਭੰਨੀ ਹੰਕਾਰ ਨੂੰ ਭੰਨਾ ਠੀਕ ਹੈ ਉਹ ਮੇਰੇ ਨਾਲ ਕਾਫੀ ਦਿਨਾਂ ਤੋਂ ਗਲਤ ਗੱਲ ਕਰ ਰਿਹਾ ਸੀ ਅੱਜ ਮੈਂ ਉਸਨੂੰ ਜਵਾਬ ਦੇ ਕੇ ਉਸਦੀ ਅੜੀ ਭੰਨ ਦਿੱਤੀ ਹੰਕਾਰ ਭੰਨ ਦਿੱਤਾ ਨੈਕਸਟ ਹੈ ਆਹੂ ਲਾਉਣੇ ਬੁਰੀ ਤਰ੍ਹਾਂ ਗੱਤ ਕਰਨੀ ਜਾਂ ਬੁਰੀ ਤਰ੍ਹਾਂ ਬੁਰੀ ਹਾਲਤ ਕਰਨੀ ਗੱਤ ਦਾ ਮੀਨਿੰਗ ਹੁੰਦਾ ਹਾਲਤ ਆਹੂ ਲਾਉਣੇ ਬੁਰੀ ਹਾਲਤ ਕਰਨੀ ਜਾਂ ਬੁਰੀ ਗੱਤ ਗੱਤ ਦਾ ਮੀਨਿੰਗ ਹੁੰਦਾ ਹਾਲਤ ਆਹੂ ਲਾਉਣੇ ਬੁਰੀ ਗੱਤ ਕਰਨੀ ਬੰਦਾ ਸਿੰਘ ਬਹਾਦਰ ਨੇ ਵਜ਼ੀਰ ਗਾਦੀ ਸੈਨਾ ਦੇ ਆਹੂ ਲਾ ਦਿੱਤੇ ਨੈਕਸਟ ਹੈ ਆਕੀ ਆਕੀ ਦਾ ਮਨਕ ਹੈ ਬਾਗੀ ਹੋ ਜਾਣਾ ਠੀਕ ਹੈ ਖਿਲਾਫ ਹੋ ਜਾਣਾ ਆਕੀ ਹੋਣਾ ਬਾਗੀ ਹੋਣਾ ਠੀਕ ਹੈ ਜਦੋਂ ਆਪਾਂ ਕਿਸੇ ਨਾਲ ਲੋੜ ਤੋਂ ਜ਼ਿਆਦਾ ਜ਼ਿਆਦਤੀ ਕਰਦੇ ਹਾਂ ਗਲਤ ਕਰਦੇ ਹਾਂ ਠੀਕ ਹੈ ਉਸ ਨਾਲ ਗਲਤ ਕਰਦੇ ਹਾਂ ਤਾਂ ਉਹ ਇਨਸਾਨ ਆਕੀ ਹੋ ਜਾਂਦਾ ਹੈ ਜਦੋਂ ਆਪਾਂ ਕਿਸੇ ਇਨਸਾਨ ਨਾਲ ਜ਼ਰੂਰਤ ਤੋਂ ਜ਼ਿਆਦਾ ਗਲਤ ਕਰਦੇ ਹਾਂ ਮਾੜਾ ਕਰਦੇ ਹਾਂ ਤਾਂ ਉਹ ਆਕੀ ਹੋ ਜਾਂਦਾ ਹੈ ਅਰਥ ਲਿਖੋ ਨਾ ਬਾਕੀ ਮਤਲਬ ਜਿਹੜਾ ਕਿ ਜਿਹੜਾ ਮਤਲਬ ਖਿਲਾਫ ਹੋ ਜਾਵੇ ਕਿਸੇ ਦੇ ਖਿਲਾਫ ਹੋ ਜਾਣਾ ਨੈਕਸਟ ਹੈ ਆਪਣੀ ਨੀਂਦ ਸੋਣਾ ਬੇਫਿਕਰ ਹੋਣਾ ਨਿਸ਼ਚਿੰਤ ਹੋ ਕੇ ਸੋਣਾ ਆਪਣੀ ਨੀਂਦ ਸੋਣਾ ਬਿਲਕੁਲ ਬੇਫਿਕਰ ਜਾਂ ਨਿਸ਼ਚਿੰਤ ਹੋ ਕੇ ਸੋਣਾ ਆਪਣੀ ਨੀਂਦ ਸੋਣਾ ਬੇਫਿਕਰ ਜਾਂ ਨਿਸ਼ਚਿੰਤ ਹੋ ਕੇ ਸੋਣਾ ਜਿਹੜੇ ਨੌਜਵਾਨ ਪੜ੍ਹ ਲਿਖ ਕੇ ਠੀਕ ਹੈ ਚੰਗੇ ਇਨਸਾਨ ਬਣ ਜਾਂਦੇ ਹਨ ਬਾਅਦ ਦੇ ਵਿੱਚ ਉਹ ਆਪਣੀ ਨੀਂਦ ਸੋਂਦੇ ਹਨ ਨੈਕਸਟ ਹੈ ਆਵਾ ਊਤ ਜਾਣਾ
ਸਾਰਿਆਂ ਦਾ ਹੀ ਭੈੜਾ ਹੋਣਾ, ਆਵਾ ਉਤਨਾ ਸਾਰਿਆਂ ਦਾ ਭੈੜਾ ਹੋਣਾ। ਠੀਕ ਹੈ, ਉਸ ਦੀ ਤਾਂ ਘਰ ਦੀ ਇਹ ਹਾਲਤ ਹੈ ਕਿ ਉਸਦੇ ਦਾ ਪਰਿਵਾਰ ਦਾ ਆਵਾ ਹੀ ਉੱਤਿਆ ਪਿਆ ਹੈ। ਨੈਕਸਟ ਹੈ, ਅੱਖਾਂ ਅੱਗੇ ਸਰੋਂ ਫੁੱਲੀ, ਘਬਰਾ ਜਾਣਾ ਜਾਂ ਡਰ ਜਾਣਾ। ਠੀਕ ਹੈ, ਜਦੋਂ ਅਚਾਨਕ ਮੈਂ ਆਪਣੇ ਸਾਹਮਣੇ ਕੋਈ ਡਰਾਉਂਦੀ ਚੀਜ਼ ਦੇਖੀ ਤਾਂ ਮੇਰੀਆਂ ਅੱਖਾਂ ਅੱਗੇ ਸਰੋਂ ਫੁੱਲ ਗਈ। ਅੱਗ ਵਰਨੀ, ਬਹੁਤ ਗਰਮੀ ਪੈਣੀ। ਅੱਗ ਵਰਨੀ ਮਤਲਬ ਬਹੁਤ ਜ਼ਿਆਦਾ ਗਰਮੀ ਪੈਣੀ। ਵਰਨੀ ਵਵਾ ਰਾਰਾ, ਅੱਗ ਵਰਨੀ, ਅੱਗ ਵਰਨੀ ਬਹੁਤ ਜ਼ਿਆਦਾ ਗਰਮੀ ਪੈਣੀ। ਜੂਨ ਜੁਲਾਈ ਦੇ ਮਹੀਨੇ ਦੁਪਹਿਰ ਦੇ ਸਮੇਂ ਸੜਕਾਂ ਤੇ ਅੱਗ ਵਰਦੀ ਹੈ। ਨੈਕਸਟ ਹੈ, ਅੱਗ ਲਾਉਣੀ, ਲਾਉਣੀ ਮਤਲਬ ਨੁਕਸਾਨ ਕਰਨਾ, ਅੱਗ ਲਾਉਣੀ ਨੁਕਸਾਨ ਕਰਨਾ। ਉਸ ਦੀ ਤਾਂ ਆਦਤ ਹੀ ਹੈ, ਉਹ ਹਰੇਕ ਦੇ ਕੰਮ ਦੇ ਵਿੱਚ ਅੱਗ ਲਾਉਂਦਾ ਹੈ। ਜਾਂ ਸਾਨੂੰ ਸਾਨੂੰ ਅੱਗ ਲਾਉਣੀ ਨੁਕਸਾਨ ਕਰਨਾ। ਜਿਹੜੇ ਨੌਜਵਾਨ ਕਿਸੇ ਦੇ ਕੰਮ ਦੇ ਵਿੱਚ ਅੱਗ ਲਾਉਂਦੇ ਹਨ, ਸਾਨੂੰ ਉਸ ਤੋਂ ਦੂਰ ਰਹਿਣਾ ਚਾਹੀਦਾ ਹੈ। ਨੈਕਸਟ ਹੈ, ਅੱਗ ਵਿੱਚ ਛਾਲ ਮਾਰਨੀ, ਅੱਗ ਵਿੱਚ ਛਾਲ ਮਾਰਨੀ ਮਤਲਬ ਖਤਰਾ ਮੁੱਲ ਲੈਣਾ, ਅੱਗ ਵਿੱਚ ਛਾਲ ਮਾਰਨੀ ਖਤਰਾ ਮੁੱਲ ਲੈਣਾ। ਠੀਕ ਹੈ, ਮੇਰੇ ਪਿਤਾ ਜੀ ਨੇ ਠੀਕ ਹੈ ਇੱਕ ਬੱਚੇ ਦੀ ਇੱਕ ਅੱਗ ਵਿੱਚ ਛਾਲ ਮਾਰ ਕੇ ਇੱਕ ਬੱਚੇ ਦੀ ਜਾਨ ਬਚਾਈ। ਠੀਕ ਹੈ, ਮੇਰੇ ਪਿਤਾ ਜੀ ਨੇ ਅੱਗ ਵਿੱਚ ਛਾਲ ਮਾਰ ਕੇ ਇੱਕ ਬੱਚੇ ਦੀ ਜਾਨ ਬਚਾਈ। ਨੈਕਸਟ ਹੈ, ਆਪਣੇ ਪੈਰੀ ਆਪ ਕੁਹਾੜਾ ਮਾਰਨਾ। ਠੀਕ ਹੈ, ਜਾਨ ਬੁੱਝ ਕੇ ਖਤਰਾ ਮੁੱਲ ਲੈਣਾ, ਆਪਣੇ ਪੈਰੀ ਆਪ ਕੁਹਾੜਾ ਮਾਰਨਾ, ਜਾਨ ਬੁੱਝ ਕੇ ਆਪਣਾ ਨੁਕਸਾਨ ਆਪ ਕਰਨਾ ਜਾਂ ਖਤਰਾ ਮੁੱਲ ਲੈਣਾ। ਠੀਕ ਹੈ, ਕਈ ਵਾਰ ਬੱਚੇ ਜਿਹੜੇ ਕਿ ਅਣਜਾਣੇ ਹੀ ਆਪਣੇ ਪੈਰੀ ਆਪ ਕੁਹਾੜਾ ਮਾਰ ਲੈਂਦੇ ਹਨ। ਨੈਕਸਟ ਹੈ, ਅਕਲ ਗਿੱਟਿਆਂ ਵਿੱਚ ਹੋਣੀ, ਭਾਵ ਕਿ ਮੂਰਖ ਹੋਣਾ, ਅਕਲ ਗਿੱਟਿਆਂ ਚ ਹੋਣੀ, ਮੂਰਖ ਹੋਣਾ। ਉਸ ਦੀ ਤਾਂ ਅਕਲ ਗਿੱਟਿਆਂ ਵਿੱਚ ਹੈ ਕਿ ਬਾਰ ਬਾਰ ਸਮਝਾਉਣ ਦੇ ਬਾਵਜੂਦ ਵੀ ਉਹ ਝਗੜਾ ਕਰ ਰਿਹਾ ਹੈ ਜਾਂ ਪੜ੍ਹ ਨਹੀਂ ਰਿਹਾ। ਨੈਕਸਟ ਹੈ, ਆਟੇ ਵਿੱਚ ਲੂਣ ਹੋਣਾ, ਬਹੁਤ ਬਹੁਤ ਘੱਟ ਗਿਣਤੀ ਵਿੱਚ ਹੋਣਾ। ਆਟੇ ਵਿੱਚ ਲੂਣ ਹੋਣਾ, ਬਹੁਤ ਘੱਟ ਗਿਣਤੀ ਵਿੱਚ ਹੋਣਾ, ਬਹੁਤ ਘੱਟ ਗਿਣਤੀ ਵਿੱਚ ਹੋਣਾ। ਭਾਰਤ ਦੇ ਵਿੱਚ ਮੁਸਲਮਾਨਾਂ ਦੀ ਗਿਣਤੀ ਆਟੇ ਵਿੱਚ ਲੂਣ ਦੇ ਬਰਾਬਰ ਹੈ। ਨੈਕਸਟ ਹੈ, ਅੱਕੀ ਪਲਾਹੀ ਹੱਥ ਮਾਰਨੇ, ਅੱਕੀ ਪਲਾਹੀ ਹੱਥ ਮਾਰਨੇ ਭਾਵ ਕਿ ਆਸਰਾ ਲੱਭਦੇ ਫਿਰਨਾ, ਅੱਕੀ ਪਲਾਹੀ ਹੱਥ ਮਾਰਨੇ ਆਸਰਾ ਲੱਭਦੇ ਫਿਰਨਾ। ਠੀਕ ਹੈ, ਅੱਕੀ ਪਲਾਹੀ ਪੱਪਾ, ਅੱਕੀ ਪਲਾਹੀ ਹੱਥ ਮਾਰਨੇ ਆਸਰਾ ਲੱਭਦੇ ਫਿਰਨਾ। ਠੀਕ ਹੈ, ਉਸ ਦੇ ਪਿਤਾ ਜੀ ਦੀ ਮੌਤ ਤੋਂ ਬਾਅਦ ਉਹ ਅੱਕੀ ਪਲਾਹੀ ਹੱਥ ਮਾਰਿਆ ਹੈ। ਨੈਕਸਟ ਹੈ, ਅਸਮਾਨ ਦੇ ਤਾਰੇ ਤੋੜਨੇ, ਚਤੁਰਾਈ ਵਿਖਾਣੀ। ਠੀਕ ਹੈ, ਜਾਂ ਸ਼ੇਖੀਆਂ ਮਾਰਨਾ, ਅਸਮਾਨ ਦੇ ਤਾਰੇ ਤੋੜਨਾ, ਅਸਮਾਨ ਦੇ ਤਾਰੇ ਤੋੜਨਾ, ਸ਼ੇਖੀਆਂ ਮਾਰਨਾ, ਅਸਮਾਨ ਦੇ ਤਾਰੇ ਤੋੜਨਾ, ਸ਼ੇਖੀਆਂ ਮਾਰਨਾ। ਕੁਝ ਨੌਜਵਾਨ ਅਸਲ ਵਿੱਚ ਕਰਦੇ ਕੁਝ ਵੀ ਨਹੀਂ, ਸਿਰਫ ਅਸਮਾਨ ਦੇ ਤਾਰੇ ਹੀ ਤੋੜਦੇ ਹਨ। ਨੈਕਸਟ ਹੈ, ਅਸਮਾਨ ਨੂੰ ਟਾਕੀ, ਟਾਕੀ ਮਤਲਬ ਟੁਕੜਾ,
टाकी का मीनिंग है टुकड़ा, कपड़े का टुकड़ा। आसमान नू टाकी लाउनी, फड़ा मारनिया, ज्यादा ही वध चढ़ के गल करनी। आसमान नू टाकी लाउनी, फड़ा मारनिया, कुछ दी तां आदत हुंदी है कि ओह आसमान नू टाकियां लाउंदे हन, पर असल दे विच ओह करदे कुछ भी नहीं। नेक्स्ट है आसमान नू छूणा, बहुत उच्चा चढ़ना, आसमान नू छूणा, बहुत उच्चा चढ़ना चढ़ना। अजकल हर चीज दे रेट या कीमत आसमान नू छू रही है, बहुत उच्चा चढ़ना। अजकल हर चीज दी रेट आसमान नू छू रहे हैं। नेक्स्ट है अन्ने हाथ, अन्ने मतलब जिन्हें दिखाई दिंदा, अन्ने हाथ पटेरा आना, बाकी अयोग गलत, अयोग मतलब गलत, अन्ने हाथ पटेरा आना, अयोग व्यक्ति नू चंगी चीज मिलना, बाकी कोई व्यक्ति जिस चीज के लायक भी नहीं सी ओनू वो चीज मिल गई। अन्ने हाथ पटेरा आना, बाकी जेड़ा व्यक्ति किसी चीज के लायक भी नहीं सी ओनू वो चीज मिल गई, या अयोग व्यक्ति के हाथ किसी चंगी चीज का मिलना। ठीक है, वो नौजवान का बड़ा नशे करता है, उस नू ता एक चंगी नौकरी मिलना अन्ने हाथ पटेल लगन दे समान है। नेक्स्ट है अख उच्ची ना कर सकनी, शर्मिंदा होना, अख उच्ची ना कर सकनी, शर्मिंदा होना। जेड़े जेड़े नौजवान पढ़ते नहीं हैं या गलत काम करते हैं उन्होंने जेड़ा की है वह किसी सामने आप उच्ची भी नहीं कर सकते, शर्मिंदा होना। नेक्स्ट है अख लगनी, नींद आ जानी, अख लगनी, नींद आ जानी, पढ़ते पढ़ते ही उसकी अख लग गई। नेक्स्ट है अख बचानी, ठीक है, अडोल ही फिसल जाना, भाव की अचानक फिसल जाना, ठीक है, अख बचानी जेड़ा की है अचानक ही किसक जाना। ठीक है, चोर पुलिस के सामने अख बचा के निकल गया। नेक्स्ट है अखा खुलिया, अकल आनी, अखा खुलिया, अकल आनी, जदो खुलिया, अखा खुलिया, अकल आनी, जदो इम्तिहान दे विचो फेल हो गया या उसे घट नंबर आए तब उस दिया अखा खुल गया। नेक्स्ट है अखा ते पट्टी बजनी, मत मारी जानी, अखा ते पट्टी बजनी, मत मारी जानी, उस दी दा अखा ते पट्टी बज गई है कि ओ बार बार समझाने दे बावजूद ही गल नहीं सुन रहा, बजनी। नेक्स्ट है अखा विच धड़कना, बुरा लगना, मत मारी जानी, अखा ते पट्टी बजनी, मत मारी जानी, उस सीता अखा ते पट्टी बज गई है कि ओ बार बार समझाने दे बावजूद भी गल नहीं सुन रहा। नेक्स्ट है अखा विच धड़कना, बुरा लगना, अखा रखना, बुरा लगना, अखा पारानिया, अथरू आ जाने, रोन आ जाने, अखा पारानिया, अथरू पार आने। ठीक है, धी दे ब्याह ते मां दियां अखा पार आईया, धी दे ब्याह ते मां दियां अखा पार आईया। नेक्स्ट है अखा विच लाली आनी, गुस्से विच आ जाना, लाल हो जाना, गुस्से दे मारे लाल हो जाना, अखा विच लाली आनी, गुस्से विच आ जाना, जदो उसने झूठा चोरी का इल्जाम लाया गया तब उसदिया अखा विच लाली आ गई।
नेक्स्ट लाली आना मतलब गुस्से भी जाना। नेक्स्ट है आग नाल खेलना खतरा मुल लेना, आग नाल खेलना खतरा मुल लेना। उसने बच्चे दी जान नाल बच्चे दी जान बचा के आग 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 बेटा आग फायर। उसने आग नाल खेल के बच्चे दी जान बचाई। नेक्स्ट है अडिया चुप चुप बेकना बेसब्री नाल उड़ीक करनी, अडिया चुप चुप बेकना आग नाल खेलना खतरा मुल लेना। अडिया पैर अडिया चुप चुप बेटना बेसब्री नाल खतरा मुल लेना। बेटा उसने आग नाल खेल के बच्चे दी जान बचाई। अडिया अडिया चुप चुप बेटना आई चलाई करना आमदन अनुसार खर्च करना। आज का आई अडिया चुप चुप बेटना बहुत ज्यादा उड़ीक करनी या बेसब्री नाल उड़ीक करनी। अडिया चुप चुप बेटना बेसब्री नाल उड़ीक करनी। आई चलाई करना आमदन अनुसार गुजारा करना। अजकल दे समय विच हसा ही आई चलाई हुंदी है। नेक्स्ट है आसा ते पानी फिरना निराश हो जाना। आसा आस एरिव करना। आसा ते पानी फिरना निराश हो जाना जदों उसका पुत्र नशे करन लग गया। उस ज्यादा आसा ते पानी फिर गया। आस उम्मीद। नेक्स्ट है आखरी साह दे होना। आखरी साह दे होना मन किनारे होना। आखरी साह दे होना मन किनारे होना। और ये बहुत ज्यादा बीमार है इस तरह लगता है कि वो अपने आखरी साह ते है। नेक्स्ट है अपनी पीढ़ी फेर सोटा मारना। अपने ओगुना नू वेखना अपनी पीढ़ी हेर सोटा मारना अपने ओगुन ठीक है अपने ओगुना नू वेखना। किसे दी बुराई कर तो पहला सानू अपनी पीढ़ी हेर सोटा जरूर मार लेना चाहिदा है। नेक्स्ट है अपनी पीढ़ी हेर सोटा मारना। नेक्स्ट है अपने मुंह मियां मिट्टू बनना। अपने सिफत आप करनी अपने मुंह मियां मिट्टू आप बनना। अपनी प्रेर अपनी प्रशंसा या अपनी सिफत आप करनी। अखा मीर जाना मर जाना। अखा मीर जाना मर जाना। वो काफी दिनों तो बीमार सी। अपनी सिफत आप करना अपनी प्रेस अपनी सिफत आप करना। नेक्स्ट है अखा मीट छड़ना। अब इसलिए हो जाना बेटा एक है अखा मीट जाना ध्यान ना सुनो मर जाना जे आ जावे अखा मीट छड़ना ठीक है। जान बुझ के मैं अखा मीट लिया मतलब हो जाना मतलब कि जान बुझ के किसे गल की परवाह ना करना ठीक है। अब इसलिए हो जाना जान बुझ के अखा मीट छड़ना अब इसलिए हो जाना ठीक है। अब इसलिए ना मीनिंग है पार्टी जान दिया होया भी परवाह ना करनी
ਠੀਕ ਹੈ ਜਿਵੇਂ ਕਈ ਮਾਤਾ ਪਿਤਾ ਨੂੰ ਪਤਾ ਹੁੰਦਾ ਹੈ ਕਿ ਉਹਦੇ ਬੱਚੇ ਗਲਤ ਕੰਮ ਕਰ ਰਹੇ ਪਰ ਫਿਰ ਵੀ ਜਿਹੜੇ ਕੀ ਹੈ ਉਹਨਾਂ ਨੂੰ ਡਾਂਟਦੇ ਨਹੀਂ ਹਨ ਨੈਕਸਟ ਹੈ ਨੈਕਸਟ ਹੈ ਅੱਗ ਲੱਗਣ ਤੇ ਖੂਬ ਉੱਠਣਾ ਅੱਗ ਲੱਗਣ ਤੇ ਖੂਬ ਉੱਠਣਾ ਭਾਵ ਕਿ ਲੋੜ ਪੈਣ ਤੇ ਹੀ ਕੋਈ ਕੰਮ ਕਰਨਾ ਜੋ ਜਿਸ ਚੀਜ਼ ਦੀ ਜ਼ਰੂਰਤ ਹੋਵੇ ਉਦੋਂ ਹੀ ਉਹ ਕੰਮ ਕਰਨਾ ਅੱਗ ਲੱਗਣ ਤੇ ਖੂਬ ਉੱਠਣਾ ਭਾਵ ਕਿ ਲੋੜ ਪੈਣ ਤੇ ਹੀ ਕੋਈ ਕੰਮ ਕਰਨਾ ਭਾਵ ਕਿ ਅੱਗ ਲੱਗਣ ਤੇ ਖੂਬ ਬੇਟਾ ਖੂਬ ਵੈਲ ਖੂਬ ਅੱਗ ਲੱਗਣ ਤੇ ਖੂਬ ਉੱਠਣਾ ਭਾਵ ਕਿ ਉਸ ਦੀ ਦਾ ਆਰਥ ਹੈ ਕਿ ਜਦੋਂ ਇਮਤਿਹਾਨ ਸ਼ੁਰੂ ਹੁੰਦੇ ਹਨ ਉਸ ਤੋਂ ਇੱਕ ਜਾਂ ਦੋ ਦਿਨ ਪਹਿਲਾਂ ਹੀ ਪੜਦਾ ਹੈ ਠੀਕ ਹੈ ਉਸ ਦੀ ਦਾ ਆਰਥ ਹੈ ਕਿ ਅੱਗ ਲੱਗਣ ਤੇ ਹੀ ਉਹ ਖੂਬ ਉੱਠਦਾ ਹੈ ਲੋੜ ਪੈਣ ਤੇ ਹੀ ਕੋਈ ਕੰਮ ਕਰਨਾ ਨੈਕਸਟ ਹੈ ਅੱਖਾਂ ਅੱਗੇ ਅੱਖਾਂ ਅੱਗੇ ਖੋਪੇ ਚਾੜ ਦੇਣੇ ਪੂਰਕ ਬਣਾ ਦੇਣਾ ਅੱਖਾਂ ਅੱਗੇ ਓਨਲਾਈਨ ਸੋ ਬੇਟਾ ਨੋਟ ਕਰ ਲਓ